ਸਾਲ 1835 'ਚ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਦੀ ਸਥਾਪਨਾ ਹੋਈ ਸੀ। ਮੈਲਬਰਨ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਹੈ। ਦ ਇਕਨੋਮਿਸਟ ਮੈਗਜ਼ੀਨ ਦਾ ਪ੍ਰਕਾਸ਼ਨ ਕਰਨ ਵਾਲੇ ਗਰੁੱਪ ਦੇ ਇਕਨੋਮਿਸਟ ਇੰਟੈਲੀਜੈਂਸ ਸਰਵੇ ਦੇ ਮੁਤਾਬਕ ਮੈਲਬਰਨ ਨੂੰ ਵਰਲਡ ਮੋਸਟ ਲਿਵੇਬਲ ਸਿਟੀ ਮਤਲਬ ਕਿ ਦੁਨੀਆ ਦਾ ਸਭ ਤੋਂ ਜ਼ਿਆਦਾ ਰਹਿਣ ਲਾਇਕ ਸ਼ਹਿਰ ਮੰਨਿਆ ਜਾਂਦਾ ਹੈ। ਫਾਦਰ ਆਫ ਨਿਊਕਲੀਅਰ ਫਿਜ਼ਿਕਸ ਦੇ ਨਾਮ ਨਾਲ ਜਾਣੇ ਜਾਂਦੇ ਪ੍ਰਸਿੱਧ ਵਿਗਿਆਨੀ ਅਰਨੈਸਟ ਰਦਰਫੋਰਡ ਦਾ ਜਨਮ 30 ਅਗਸਤ 1871 'ਚ ਹੋਇਆ। ਉਹਨਾਂ ਨੂੰ ਰੇਡੀਓ ਐਕਟਿਵ ਹਾਫ ਲਾਈਫ ਉੱਤੇ ਆਪਣੀ ਖੋਜ ਦੇ ਲਈ 1908 'ਚ ਕੈਮਿਸਟਰੀ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਬ ਐਟੋਮਿਕ ਪਾਰਟੀਕਲ ਪ੍ਰੋਟੋਨ ਦੀ ਖੋਜ ਵੀ ਅਰਨੈਸਟ ਰਦਰਫੋਰਡ ਨੇ ਹੀ ਕੀਤੀ ਸੀ। ਸਾਲ 1877 'ਚ ਭਾਰਤੀ ਕਵਿਤਰੀ ਤੋਰੂ ਦੱਤ ਦਾ ਦੇਹਾਂਤ ਅੱਜ ਦੇ ਹੀ ਦਿਨ ਹੋਇਆ ਸੀ। ਤੋਰੂ ਦੱਤ ਪਹਿਲੀ ਭਾਰਤੀ ਕਵਿਤਰੀ ਸੀ ਜਿਨ੍ਹਾਂ ਨੇ ਅੰਗਰੇਜ਼ੀ 'ਚ ਲਿਖਣਾ ਸ਼ੁਰੂ ਕੀਤਾ। ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾ 'ਚ ਲਿਖੀ ਉਹਨਾਂ ਦੀਆਂ ਰਚਨਾਵਾਂ ਨੂੰ ਭਾਰਤ ਦੇ ਆਧੁਨਿਕ ਸਾਹਿਤ 'ਚ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਤੋਰੂ ਦੱਤ ਅੰਗਰੇਜ਼ੀ ਤੋਂ ਇਲਾਵਾ ਫ੍ਰੈਂਚ ਭਾਸ਼ਾ 'ਚ ਨੋਵਲ ਲਿਖਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਹਿੰਦੀ ਸਿਨੇਮਾ ਦੇ ਗੀਤਕਾਰ ਸ਼ੈਲੇਂਦਰ ਦਾ ਜਨਮ ਅੱਜ ਦੇ ਹੀ ਦਿਨ 1923 'ਚ ਪਾਕਿਸਤਾਨ ਦੇ ਪੰਜਾਬੀ ਸੂਬੇ 'ਚ ਪੈਂਦੇ ਰਾਵਲਪਿੰਡੀ ਸ਼ਹਿਰ 'ਚ ਹੋਇਆ। 1947 'ਚ ਸ਼ੈਲੇਂਦਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭਾਰਤੀ ਰੇਲ 'ਚ ਇੱਕ ਐਪ੍ਰੈਂਟਿਸ ਦੇ ਤੌਰ 'ਤੇ ਕੀਤੀ ਸੀ। ਉਸ ਸਮੇਂ ਸ਼ੈਲੇਂਦਰ ਕਵਿਤਾਵਾਂ ਲਿਖਿਆ ਕਰਦੇ ਸੀ ਅਤੇ ਇੱਕ ਦਿਨ ਮੁਸ਼ਾਇਰੇ 'ਚ ਫਿਲਮਕਾਰ ਰਾਜ ਕਪੂਰ ਨੇ ਉਹਨਾਂ ਨੂੰ ਕਵਿਤਾ ਪੜ੍ਹਦੇ ਹੋਏ ਦੇਖਿਆ ਅਤੇ ਇਸ ਤੋਂ ਬਾਅਦ ਸ਼ੈਲੇਂਦਰ ਨੂੰ ਰਾਜ ਕਪੂਰ ਦੇ ਫਿਲਮ ਬਰਸਾਤ ਦੇ ਲਈ ਦੋ ਗਾਣੇ ਲਿਖਣ ਦਾ ਮੌਕਾ ਮਿਲਿਆ, ਜਿੱਥੇ ਉਹਨਾਂ ਦੀ ਕਰੀਅਰ ਦੀ ਇੱਕ ਨਵੀਂ ਸ਼ੁਰੂਆਤ ਹੋਈ।